ਠੱਗੀ ਨਹੀਂ ਆ ਗਿਆ ਭਾਈ ਕੋਈ ਬੇਫਿਕਰ ਇਹ ਜਿਹੜੀ ਨਾਲ ਵਾਲੀ ਦੁਕਾਨ ਆ ਇਹ ਮੇਰੀ ਹੈ ਜੀ। ਇਹ ਮੈਂ ਇਹਨਾਂ ਨੂੰ ਇੰਨਾ ਸਹਿਯੋਗ ਦਿੱਤਾ ਦੁਕਾਨ ਦੇ ਉੱਤੇ ਕੰਧ ਦੇ ਵਿੱਚ ਮੋਰਾ ਕਢਾਇਆ ਉੱਥੋਂ ਦੀ ਇਹਨਾਂ ਨੇ ਪਾਣੀ ਪੂਣੀ ਪਾਇਆ, ਲੇਕਿਨ ਪਾਣੀ ਪਾਉਂਦਿਆਂ ਪਾਉਂਦਿਆਂ ਉਹ ਜਿਹੜੀ ਬੱਸ ਦੇ ਵਿੱਚੋਂ ਪਾਣੀ ਆ ਰਿਹਾ ਸੀ ਉਹਦਾ ਡਰਾਈਵਰ ਆ ਗੁਰਜਤ ਸਿੰਘ, ਉਸ ਬੰਦੇ ਨੇ ਕਿਸੇ ਨੇ ਕੁਛ ਪੁੱਛਿਆ ਨਹੀਂ, ਗੱਡੀ ਭਜਾ ਕੇ ਲੈ ਗਿਆ, ਸਾਰੇ ਪੈਪ ਲੱਗੀ ਲਗਾਈ ਔਰ ਬੰਦੇ ਵੀ ਬਚ ਗਏ, ਬੰਦੇ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਬਚ ਗਏ। ਮੇਰੀ ਸਾਰੀ ਗ੍ਰਿਲ ਤੋੜਤੀ ਉੱਪਰ ਜਾਂਦੀ ਸੀ ਸਾਰੀ ਗ੍ਰਿਲ ਤੋੜ ਕੇ ਥੱਲੇ ਡਿੱਗ ਗਈ, ਹਲੇ ਸ਼ੁਕਰ ਆ ਮੈਂ ਕਹਿੰਦੇ ਤੁਸੀਂ ਕੰਧ ਕੁੱਦ ਨਹੀਂ ਦਿਖੋ ਜੀ, ਉੱਥੇ ਜਿਹੜਾ ਬੈੱਡ ਬੁੱਡ ਜੇ ਪਏ ਸੀ ਸਾਰਾ ਕੁਝ ਖਿੱਚ ਕੇ ਲੈ ਗਿਆ ਨਾਲ। ਕਿੰਨੀ ਅੱਗ ਲੱਗੀ ਜੀ ਗੱਲ ਕਰੀਏ ਤਾਂ, ਕਿੰਨਾ ਸਮਾਂ ਲੱਗ ਗਿਆ? ਅੱਗ ਤਾਂ ਬਹੁਤ ਜ਼ਿਆਦਾ ਲੱਗੀ ਸੀ ਜੀ, ਅੱਗ ਤਾਂ 10-11 ਵਜੇ ਲੱਗੀ ਹੋਈ ਯਾਰ ਆ ਕੇ, ਉਦੋਂ ਦੀ ਇਹ ਫਾਇਰ ਅਫਸਰ ਫਾਇਰ ਵਾਲੇ ਬੰਦੇ ਆਏ ਹੋਏ ਆ ਬਹੁਤ ਮਿਹਨਤ ਕਰ ਰਹੇ, ਪਰ ਇਹਨਾਂ ਦਾ ਉਸ ਬੰਦੇ ਨੇ ਮੈਨੂੰ ਗਿਲਾ ਗੁਰਦਿੱਤ ਸਿੰਘ ਨੇ ਜਿਹੜੇ ਬੰਦੇ ਅਣਗਹਿਲੀ ਕੀਤੀ ਆ। ਆਪਣਾ ਟੇਰ ਆ ਗਈ ਹੈ ਜੀ ਕੰਧ ਦੇ ਵਿੱਚ, ਕਿਉਂਕਿ ਬਿਲਕੁਲ ਕੰਧ ਸਾਂਝੀ ਹੈ ਸਾਡੀ ਜਨਾਬ ਦੀ। ਉਹ ਗੁਰਦਿੱਤ ਸਿੰਘ ਜਿਹੜਾ ਡਰਾਈਵਰ ਹੈ ਨਾ ਗੱਡੀ ਦਾ, ਉਹ ਗੱਡੀ 'ਚ ਪਾਈਪ ਲੱਗੀ ਸੀਗੀ ਅਤੇ ਪਾਣੀ ਉਸ ਮੋੜੇ ਥਾਂ ਮਾਰ ਰਹੇ ਸੀ ਅੰਦਰ, ਅਤੇ ਪਤਾ ਨਹੀਂ ਕੀ ਹੋਇਆ ਉਹਨੂੰ ਇੱਕਦਮ ਗੱਡੀ ਭਜਾ ਕੇ ਲੈ ਗਿਆ, ਪੈਪ ਲੱਗੀ ਲਗਾਈ ਨਾਲ, ਉਹ ਬੰਦੇ ਬਚ ਗਏ, ਉਹਦੇ ਹੱਥ 'ਚ ਪੈਪ ਸੀਗੀ, ਕਿਸੇ ਦੀ ਲੱਤ ਜੜ ਜਾਂਦੀ ਉਹ ਬੰਦਾ ਮਰ ਜਾਂਦਾ, ਜਿਹੜੀ ਗ੍ਰਿਲ ਸੀਗੀ ਜਿਹੜੀ ਉੱਤੇ ਜਾ ਰਹੀ ਸੀਗੀ ਉਹ ਗ੍ਰਿਲ ਦੇ ਵਿੱਚ ਆ ਗਈ, ਗ੍ਰਿਲ ਸਾਰੀ ਪੱਟਦੀ ਸਾਰੀ ਪੱਟ ਕੇ ਫਸ ਗਈ, ਉਹ ਮੈਂ ਤੁਹਾਨੂੰ ਦਿਖਾ ਵੀ ਸਕਦਾ ਜੇ ਤੁਸੀਂ ਮੇਰੇ ਨਾਲ ਚੱਲੋਗੇ। ਉਹਨਾਂ ਦੀ ਦੁਕਾਨ ਨੂੰ ਅੱਗ ਲੱਗੀ ਸੀ? ਸਾਨੂੰ 2 ਵਜੇ ਸੂਚਨਾ ਮਿਲੀ ਹੈ, ਮਤਲਬ ਅੱਗ ਲੱਗੀ, ਜਦੋਂ ਅਸੀਂ ਪਹੁੰਚੇ ਤੇ ਸ਼ਟਰ ਲਾਲ ਹੋ ਚੁੱਕੇ, ਅੱਗ ਸਾਰੀ ਬਿਲਡਿੰਗ ਦੇ ਵਿੱਚ ਫੈਲੀ ਹੋਈ ਹੈ, 14-15 ਗੱਡੀਆਂ ਲੱਗੀਆਂ ਨੇ, ਬਾਰਿਸ਼ ਗੱਡੀਆਂ ਪਾਣੀ ਭਰ ਭਰ ਕੇ ਆਈ ਜਾਂਦੀਆਂ, ਇਹ ਜਿਹੜਾ ਹੈਗਾ ਆਪਣੇ ਬੀਬੀ ਵਾਲਾ ਰੋਡ ਤੇ ਹੈਗਾ, ਇਲੈਕਟ੍ਰੋਨਿਕਸ ਦੀ ਦੁਕਾਨ ਸੀ, ਉਹ ਸਾਡੇ PCR ਪਾਰਟੀ ਨੂੰ 1:30 ਵਜੇ ਦੇ ਕਰੀਬ ਪਤਾ ਲੱਗਿਆ ਸੀਗਾ ਵੀ ਜਿਹੜਾ ਹੈਗਾ ਇੱਥੇ ਅੱਗ ਲੱਗੀ ਹੋਈ ਹੈ, ਤੁਰੰਤ ਉਹਨਾਂ ਵੱਲੋਂ ਜਿਹੜਾ ਹੈਗਾ ਥਾਣੇ ਤੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਗਈ, ਜਿਸ ਤੇ ਜਿਹੜਾ ਤੁਰੰਤ ਥਾਣੇ ਤੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਆ ਗਈਆਂ ਸੀ, ਤੇ ਸਾਡੇ ਜਿਹੜਾ PCR ਪਾਰਟੀਆਂ ਤੇ ਥਾਣੇ ਵੱਲੋਂ ਜਿਹੜਾ ਹੈਗਾ ਇਹਦੇ ਦੁਕਾਨ ਦੇ ਸ਼ਟਰ ਭੰਨ ਕੇ, ਤੇ ਉਦੋਂ ਬਾਅਦ ਜਿਹੜਾ ਹੈਗਾ ਅੱਗੇ ਜਿਹੜਾ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਇਹਦੀ ਕਾਰਵਾਈ ਅਮਲ 'ਚ ਲਿਆਂਦੀ ਗਈ, ਤੇ ਅੱਗੇ ਸਾਡੇ ਵੱਲੋਂ ਜਿਹੜਾ NFL ਦੀ ਇੱਕ ਟੀਮ ਆ ਉਹਨਾਂ ਨੂੰ ਵੀ ਬੁਲਾਇਆ ਗਿਆ, ਤੇ ਕਰੀਬ ਇੱਥੇ 20-25 ਜਿਹੜੀਆਂ ਹੈਗੀਆਂ ਗੱਡੀਆਂ ਜਿਹੜੀਆਂ ਹੈਗੀਆਂ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਇਸ ਕੰਮ ਨੂੰ ਜਿਹੜੀਆਂ ਲੱਗੀਆਂ। NDRF ਵੀ ਆ ਗਈ? ਹਾਂਜੀ, NDRF ਵੀ ਮੌਕੇ ਤੇ ਆ ਗਈ। ਇਹ ਸ਼ੋਰੂਮ ਕਾਹਦਾ ਸੀਗਾ? ਇਹ ਇਲੈਕਟ੍ਰੀਕਲ ਦਾ ਸ਼ੋਰੂਮ ਸੀਗਾ। ਕਿੰਨੇ ਮੰਜ਼ਿਲਾ ਸ਼ੋਰੂਮ ਆ? ਇਹ 2 ਮੰਜ਼ਿਲਾਂ ਦਾ ਸ਼ੋਰੂਮ। ਅੱਗ ਤੇ ਹੁਣ ਹੋ ਗਿਆ ਕਾਬੂ ਪੈ ਗਿਆ? ਹਾਂਜੀ ਹਾਂਜੀ, ਹੁਣ ਜਿਹੜਾ ਅੱਗ ਤੇ ਜਿਹੜਾ ਹੈਗਾ ਕਾਬੂ ਹੈ, ਮੇਨ ਹੈ ਕਿ ਇਹ 'ਚ ਕੋਈ ਜਿਹੜੀ ਕੈਜੂਅਲਟੀ ਵਗੈਰਾ ਨਹੀਂ ਹੋਈ।